ਦੋ ਖਾੜਕਾਂ ਨੂੰ ਪਗੜੀ ਪਹਿਨਾ ਕੇ ਸ਼੍ਰੀਨਗਰ ਤੋਂ ਦਿੱਲੀ ਲਿਜਾ ਰਿਹਾ ਜੰਮੂ ਕਸ਼ਮੀਰ ਪੁਲਿਸ ਦਾ DSP ਦਵਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਾਨਪੋ ਇਲਾਕੇ ਤੋਂ ਸੁਰੱਖਿਆ ਬਲਾਂ ਨੇ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਸਣੇ ਦੋ ਖਾੜਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜੰਮੂ ਕਸ਼ਮੀਰ ਪੁਲਿਸ ਦੇ DSP ਦਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ। DSP ਦਵਿੰਦਰ ਸਿੰਘ ਨੂੰ ਹਿਜਬੁਲ ਮੁਜਾਹਿਦੀਨ ਦੇ ਦੋ ਖਾੜਕਾਂ ਨਾਵੇਦ ਬਾਬਾ ਅਤੇ ਆਸਫ ਦੇ ਨਾਲ ਕੁਲਗਾਮ ਜ਼ਿਲ੍ਹੇ ਦੇ ਕਾਜੀਗੁੰਡ ਵਿੱਚ ਸ਼੍ਰੀਨਗਰ ਜੰਮੂ ਨੈਸ਼ਨਲ ਹਾਈਵੇ ਤੋਂ ਫੜਿਆ ਗਿਆ ਸੀ। ਕਾਰ ਵਿੱਚ ਜਾਂਦੇ ਸਮੇਂ ਸਾਰਿਆਂ ਨੂੰ ਪਗੜੀਆਂ ਬਣਵਾਈਆਂ ਗਈਆਂ ਸੀ ਤਾਂ ਕਿ ਪਹਿਚਾਣ ਨਾ ਹੋ ਸਕੇ। ਕਾਰ ਤੋਂ ਇੱਕ AK-47, 5 ਹੈਂਡ ਗ੍ਰਨੇਡ, 1 ਪਿਸਟਲ ਅਤੇ ਹੋਰ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਸੀ। ਉਹ ਦੋਵੇਂ ਖਾੜਕੋ ਨੂੰ ਦਿੱਲੀ ਲੈ ਕੇ ਜਾ ਰਿਹਾ ਸੀ। ਦਵਿੰਦਰ ਸਿੰਘ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਪੁਲਿਸ ਅਧਿਕਾਰੀ ਹੈ। ਦਵਿੰਦਰ ਸਿੰਘ ਦੇ ਘਰ 'ਤੇ ਛਾਪੇਮਾਰੀ ਵਿੱਚ 2 AK-47 ਰਾਈਫਲ ਵੀ ਬਰਾਮਦ ਹੋਈਆਂ ਨੇ। ਗੱਡੀ ਤੋਂ 1,47,00,000 ਰੁਪਏ ਦੀ ਬਰਾਮਦਗੀ ਦੀ ਵੀ ਗੱਲ ਸਾਹਮਣੇ ਆ ਰਹੀ ਹੈ। ਜੰਮੂ ਕਸ਼ਮੀਰ ਦੇ IG ਵਿਜੇ ਕੁਮਾਰ ਨੇ ਕਿਹਾ ਕਿ DSP ਦਵਿੰਦਰ ਸਿੰਘ ਨੇ ਵੱਡਾ ਅਪਰਾਧ ਕੀਤਾ, ਉਸ ਦੇ ਖਿਲਾਫ਼ ਪੜਨ ਦੀ ਕਾਰਵਾਈ ਕੀਤੀ ਜਾਵੇਗੀ। ਬਿਊਰੋ ਰਿਪੋਰਟ, ਆਵਾਜ਼ ਕੌਮ TV।